ਪ੍ਰੋਗਰਾਮ ਨਾਲ ਦਰੇ ਦਸ਼ਕੰਦਾ ਬਹੁਤ-ਬਹੁਤ ਸਵਾਗਤ ਸਭ ਤੋਂ ਆਪਣਾ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਅੱਜ ਆਪਾਂ ਇਸ ਪ੍ਰੋਗਰਾਮ ਦੇ ਤਾਏ ਦਰਸ਼ਨ ਆਸਟ ਜੀ ਨੂੰ ਮਿਲਾਵਾਂਗੇ। ਬਾਲ ਸਾਹਿਤ ਦੀ ਗੱਲ ਕਰਾਂਗੇ। ਜਦੋਂ ਉਹਨਾਂ ਦਾ ਨਾਮ ਆਉਂਦਾ ਤਾਂ ਸਿੱਧਾ ਇਸ਼ਾਰਾ ਬਾਲ ਸਾਹਿਤ ਵੱਲ ਜਾਂਦਾ ਹੈ। 110 ਕਿਤਾਬਾਂ ਲਿਖਣ ਦਾ ਮਾਣ ਉਹਨਾਂ ਨੂੰ ਹਾਸਲ ਹੈ। ਭਾਰਤ ਦੀਆਂ ਲਗਭਗ ਸਾਰੀਆਂ ਪਛਾਵਾਂ 'ਚ ਉਹਨਾਂ ਨੇ ਕਿਤਾਬਾਂ ਜਣੀਆਂ ਅਨਵਾਦ ਹੋਈਆਂ। ਉਂਗਲਾਂ ਤੇ ਚੰਦ ਨਾਂ ਐ ਜਿਹੜੇ ਬਾਲ ਸਾਇਹਤ ਤੇ ਜਿਨ੍ਹਾਂ ਨੇ ਕੰਮ ਕੀਤਾ ਗਿਨੇ ਜਾਂਦੇ ਆ ਉਹਨਾਂ ਚੋਂ ਜੇਕਰ ਦੇਖੀਏ ਤਾਂ ਇਹਨਾਂ ਦਾ ਨਾਮ ਅਹਿਮ ਆਉਂਦਾ ਹੈ ਕਿਉਂ ਨਹੀਂ ਕੰਮ ਹੋ ਰਿਹਾ ਬਾਲ ਸਾਇਹਤ ਦੇ ਉੱਤੇ ਬਾਲ ਸਾਇਹਤ ਦਾ ਕੰਮ ਕਿੰਨਾ ਜ਼ਰੂਰੀ ਹੈ ਤੇ ਬਾਲ ਜਿਹੜੇ ਬਾਲ ਆ ਛੋਟੇ ਉਹਨਾਂ ਦੀ ਮਾਨਸਿਕ ਪੱਧਰ ਨੂੰ ਠੀਕ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਇਹਨਾਂ ਦੋ ਤਿੰਨ ਗੱਲਾਂ ਤੇ ਖਾਸ ਗੱਲਬਾਤ ਕਰਾਂਗੇ ਬਾਕੀ ਉਹਨਾਂ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸੱਸ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ ਜੀ ਬਿਲਕੁਲ ਠੀਕ ਹੈ ਜੀ ਚੜਦੀ ਕਲਾ ਜੀ ਤੁਸੀਂ ਬਾਲ ਸਾਇਹਤ ਲਿਖ ਲਿਖ ਕੇ ਵੱਡੇ ਹੋਇਆ 35 ਸਾਲ ਹੋ ਗਏ ਆ ਜੀ ਤੇ ਹਜੇ ਵੀ ਬਾਲ ਕਾਇਮ ਹੈ ਅੰਦਰ ਬਿਲਕੁਲ ਜੀ ਬਿਲਕੁਲ ਉਹ ਤੇ ਜਿਵੇਂ ਕਿਹਾ ਜਾਂਦਾ ਨਾ ਕਿ 80 ਸਾਲ ਦਾ ਹੀ ਬੰਦਾ ਹੋ ਜਾਏ 90 ਸਾਲ ਦਾ ਹੀ ਬੰਦਾ ਹੋ ਜਾਏ 100 ਸਾਲ ਦਾ ਇੱਕ ਬਾਲ ਜਿਹੜਾ ਹੈ ਉਹ ਤੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਜਿਉਂਦਾ ਰਹਿੰਦਾ ਹੈ ਤਾਂ ਉਮਰ ਬੈਠਾ ਰਹਿੰਦਾ ਹੈ ਜਿਉਂਦਾ ਰਹਿੰਦਾ ਉਹ ਬਾਲ ਮੇਰੇ ਅੰਦਰ ਵੀ ਕਾਇਮ ਹੈ ਤੁਹਾਨੂੰ ਇਹ ਚਿੰਨ ਕਿਵੇਂ ਲੱਗੀ ਸੀ ਵੀ ਕਿ ਬਾਲ ਸਿਹਤ ਦੀ ਰਚਨਾ ਕਰਨੀ ਜਾਂ ਬਾਲ ਸਿਹਤ ਬਣ ਤੁਰਨਾ ਸੋਤਾ ਸਿੰਘ ਦੀਨਾ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਮੈਂ ਆਪਣੀ ਹੋਸ਼ ਸੰਭਾਲੀ ਸੀ ਜੀ ਮੇਰੇ ਪਿੰਡ ਦਾ ਸੱਚ ਹੈ ਬਰਾਸ ਘੱਗੇ ਦੇ ਨੇੜੇ ਸਮਾਣਾ ਪਾਤਰਾਂ ਦੇ ਵਿਚਕਾਰ ਜੇ ਜ਼ਿਲ੍ਹਾ ਪਟਿਆਲਾ ਚ ਮੈਂ ਆਪਣੇ ਮਾਤਾ surjit कौर ਜੀ ਕੋਲ ਬਚਪਨ ਵਿੱਚ ਬੜੀਆਂ ਕਹਾਣੀਆਂ ਸੁਣਦਾ ਸੀ ਅੱਛਾ ਜੀ ਫਿਰ ਮੇਰੇ ਵੱਡੇ ਭਰਾਤਾ ਸਰਦਾਰ ਭੁਪਿੰਦਰ ਸਿੰਘ ਆਸਟ ਜਦੋਂ ਸਰਕਾਰੀ ਹਾਈ ਸਕੂਲ ਘੱਗਾ ਜਪੜ ਕੇ ਆਉਂਦੇ ਸੀ ਘਰ ਜੀ ਤਾਂ ਉਹ ਆਪਣੇ ਨਾਲ ਕੁਝ ਬੱਚਿਆਂ ਦੇ ਰਸਾਲੇ ਲੈ ਕੇ ਆਉਂਦੇ ਸੀ ਚੰਪਕ ਬੀਬਾ ਰਾਣਾ ਬਾਲ ਸੰਦੇਸ਼ ਨੰਦਨ ਜੀ ਮਾਲ ਭਾਰਤੀ ਲੋਟਪੋਟ ਵਗੈਰਾ ਜੀ ਉਹ ਜਦੋਂ ਲੈ ਕੇ ਆਉਂਦੇ ਸੀ ਬੜੇ ਦਿਲਚਸਪ ਗਿਆਨੀ ਤੇ ਰਮਨ ਸਿੰਘ ਦੀਆਂ ਬੜੀਆਂ ਦਿਲਚਸਪ ਕਥਾਵਾਂ ਜੀ ਗਿਆਨੀ ਲਾਲ ਸਿੰਘ ਗੁਜਰਾਵਾਲੀ ਦੀਆਂ ਦਿਲ ਦੇ ਬੜੀਆਂ ਦਿਲਚਸਪ ਕਥਾਵਾਂ ਅਜਾਇਬ ਚਿੱਤਰਕਾਰ ਹੋਰਾਂ ਦੀਆਂ ਉਹਨਾਂ ਨੂੰ ਪੜ ਪੜ ਕੇ ਮੇਰੇ ਅੰਦਰੋਂ ਇਹ ਜਜ਼ਬਾ ਪੈਦਾ ਹੋਇਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਮੈਂ ਵੀ ਲਿਖ ਸਕਦਾ ਸੋ ਮੈਂ ਉਹ ਮੇਰਾ ਮਡਲਾ ਪ੍ਰੇਰਨਾਤਮਕ ਕਿਦਰੰਦਾ ਪੜਾ ਸੀ ਜਦੋਂ ਮੇਰੇ ਅੰਦਰ ਬਾਲ ਸਹਿਤ ਸਿਰਜਣਾ ਦਾ ਜਿਹੜਾ ਬੂਟਾ ਸੀ ਜਿਹੜਾ ਜਿਹੜੀ ਕਰੁੰਬਲ ਸੀ ਉਹ ਫੁੱਟੀ ਸੀ 110 ਕਿਤਾਬਾਂ ਲਿਖਤੀਆਂ ਜੀ ਇਹ ਇਹ ਸਫਰ ਇੰਨਾ ਕੋ ਲੋਕਾਂ ਨੇ ਕੰਮ ਨਹੀਂ ਕੀਤਾ ਹਰ ਬੰਦਾ ਚਾਹੁੰਦਾ ਯਾਰ ਥੋੜਾ ਕਰਕੇ ਲਾਈਨ ਬਦਲ ਲਈਏ ਥੋੜਾ ਕਰਕੇ ਕੁਝ ਹੋਰ ਕਰ ਲਈਏ ਤੁਸੀਂ ਇਸ ਰਾਹ ਤੇ ਨਿਰੰਤਰ ਤੁਰਦੇ ਰਹੇ ਤੁਰ ਰਹੇ ਹੋ ਜੀ ਤੇ ਇਹ ਕਾਰਨ ਕੀ ਰਿਹਾ ਕਿ ਮੰਦੀ ਐਸੀ ਕਿਹੜੀ ਟੰਪਿਆ ਕਿ ਤੁਰਦੀ ਰਹੇ ਜਦੋਂ ਮੈਂ ਬਾਲ ਸਿਹਤ ਵਾਲੇ ਪਾਸੇ ਆਇਆ ਤਾਂ ਮੈਂ ਮਹਿਸੂਸ ਕੀਤਾ ਕਿ ਪੰਜਾਬੀ ਵਿੱਚ ਬੱਚੇ ਲਈ ਬਹੁਤ ਘੱਟ ਲਿਖਿਆ ਗਿਆ ਜੀ ਔਰ ਇਸ ਪਾਸੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਜੀ ਫਿਰ ਮੈਂ ਥੋੜਾ ਜਿਹਾ ਹੋਰ ਦੂਜੀਆਂ ਜ਼ੁਬਾਨਾਂ ਦਾ ਅਧਿਐਨ ਕੀਤਾ ਹੂੰ ਕਿ ਜੀ ਦੂਜੇ ਭਾਸ਼ਾਵਾਂ ਵਿੱਚ ਕਿਸ ਤਰ੍ਹਾਂ ਦਾ ਲਿਖਿਆ ਜਾ ਰਿਹਾ ਹੈ ਹੂੰ ਸਾਡੇ ਸਕੂਲ ਦੇ ਵਿੱਚ ਰੂਸੀ ਬਾਲ ਸਿਹਤ ਆਉਂਦਾ ਸੀ ਅੱਛਾ ਬੜੀ ਦਿਲਚਸਪ ਕਿਤਾਬ ਰੰਗਦਾਰ ਚਿੱਤਰਾਂ ਨਾਲ ਸਜੀਆਂ ਹੋਈਆਂ ਔਰ ਫਿਰ ਮੈਂ ਮਹਿਸੂਸ ਕੀਤਾ ਵੀ ਇਸ ਤਰ੍ਹਾਂ ਦੇ ਬਾਲ ਸਾਇਹ ਦੀ ਪੰਜਾਬੀ ਵਿੱਚ ਬਹੁਤ ਵੱਡੀ ਲੋੜ ਹੈ ਜਦੋਂ ਮੈਂ ਬੱਚਾ ਲਈ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ ਗਿਆ ਜੀ ਔਰ ਜਦੋਂ ਮੈਂ ਥੋੜੀ ਹੋਰ ਵੱਡਾ ਮਤਲਬ ਹੋਇਆ ਸਹਿਤ ਸਭਾਵਾਂ ਵਿੱਚ ਜਾਣ ਲੱਗਾ ਦੋਸਤਾਂ ਮਿੱਤਰਾਂ ਦੇ ਵਿੱਚ ਸਹਿਤਕਾਂ ਦੇ ਵਿੱਚ ਬੈਠਣ ਲੱਗਾ ਚਰਚਾ ਕਰਨ ਲੱਗਾ ਸਹਿਤਕ ਪੱਖ ਤੋਂ ਤਾਂ ਮੈਂ ਆਪਣੀ ਉੱਥੇ ਬਾਲ ਰਚਨਾ ਹੀ ਸੁਣਾਉਣੀ अच्छा ओदे ਕਰਕੇ ਉਹਨਾਂ ਨੇ ਕਹਿੰਦਾ ਯਾਰ 21 ਬੱਚਿਆਂ ਦੀ ਰਚਨਾਮੇ ਜੇ ਸੁਣਾਉਂਦੇ ਰਹਿਣਾ ਕੋਈ ਵੱਡਿਆਂ ਵਾਸਤੇ ਲਿਖੋ ਤੂੰ ਵੱਡਾ ਹੋ ਗਿਆ ਪਰ ਮੈਂ ਮਹਿਸੂਸ ਕੀਤਾ ਔਰ ਉਹਨੂੰ ਕਹਿੰਦਾ ਸੀ ਕਿ ਨਹੀਂ ਮੈਂ ਬੱਚਿਆਂ ਵਾਸਤੇ ਹੀ ਲਿਖਣਾ ਹੈ ਬੱਚਿਆਂ ਵਾਸਤੇ ਹੀ ਮੈਂ ਲਿਖਦਾ ਰਹਾਂਗਾ ਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਫੈਸਲਾ ਕੀਤਾ ਕਿ ਮੈਂ ਬੱਚਿਆਂ ਦਾ ਲੇਖ ਹੀ ਅਖਬਾਰਾਂ ਪਸੰਦ ਕਰਾਂਗਾ اچھا ਬਾਹਰਲੇ ਦੇਸ਼ਾਂ ਦਾ ਜੇ ਕੋਲ ਓਵਰਲ ਜ਼ਿਕਰ ਕਰੀਏ ਜੀ ਵਰਲਡਵਾਈਡ ਜੀ ਉੱਥੋਂ ਦੀ ਰਚਨਾ ਤੇ ਸਾਡੇ ਰਚਨਾ ਜਿਹੜੀ ਬਾਲ ਸਾਹਿਤ ਦੀ ਕੀ ਫਰਕ ਵੇਖਦੇ ਹੋ ਫਰਕ ਤਾਂ ਦੇਖੋ ਜੇ ਵਿਸ਼ੇ ਵਸਤੂ ਤੋਂ ਲਗਭਗ ਤੋਂ ਤਾਂ ਸੰਗ ਦੀ ਲਗਭਗ ਬਰਾਬਰੀ ਹੁੰਦੇ ਨੇ ਜੀ ਔਰ ਉਹਦੇ ਨਾਲ ਇਸ ਤਰ੍ਹਾਂ ਕਿ ਜਿਵੇਂ ਆਪਾਂ ਇਸ ਵੇਲੇ ਦੁਨੀਆ ਦੇ ਵਿੱਚ ਜੋ ਬਾਲ ਸਾਹਿਤ ਰਚਿਆ ਗਿਆ ਉਹਦੀ ਗੱਲ ਕਰੀਏ ਤਾਂ ਸਾਡੇ ਕੋਲੇ ਲਿਓ ਟੋਲਸਟਾਈ ਰਸ਼ੀਆ ਦਾ ਬਹੁਤ ਵੱਡਾ ਲੇਖਕ ਉਹਨੇ ਬੱਚਾ ਵਾਸਤੇ ਬਹੁਤ ਕਮਾਲ ਦਾ ਲਿਖਿਆ ਮੈਕਸਿਮ ਗੋਰਕੀ ਨੇ ਬੱਚਾ ਲਈ ਬਹੁਤ ਕਮਾਲ ਦਾ ਲਿਖਿਆ ਉਹ ਦੋਨਾਂ ਨੇ ਆਪਣੇ ਬਚਪਨ ਦੀਆਂ ਜਿਹੜੀਆਂ ਸਵੈਜੀਵਨੀ ਅਸੀਂ ਉਹ ਰਚੀਆਂ ਇਸ ਵੇਲੇ ਬੱਚੇ ਵਿੱਚ ਇਹਦੀ ਜ਼ੁਬਾਨ ਤੇ ਹੈਰੀ ਪੌਟਰ ਹੈ ਦੁਨੀਆ ਦਾ ਇੱਕ ਕਲਾਸਿਕ ਇੱਕ ਐਸੀ ਰਚਨਾ ਹੈ ਜਿਹੜੀ ਲਗਭਗ ਹਰ ਜ਼ੁਬਾਨ ਦੇ ਵਿੱਚ ਤਰਜਮਾ ਹੋ ਕੇ ਬੱਚਿਆਂ ਦੀ ਹਾਨੀ ਬਣੀ ਹੋਈ ਹੈ ਹੂੰ ਹੂੰ ਔਰ ਸਾਡੇ ਭਾਰਤ ਦੇ ਵਿੱਚ ਵੀ ਤੁਸੀਂ ਦੇਖੋ ਅਰਵਿੰਦ ਰਾਟੇਗੋਰ ਦੀ ਗੱਲ ਕਰੋ ਮਨਸ਼ੀ ਪ੍ਰੇਮਚੰਦ ਦੀ ਗੱਲ ਕਰੋ ਜੇ ਇੱਕ ਪਾਸੇ ਬਾਲ ਸਿਹਤ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਲੈ ਕੇ ਬਹੁਤ ਸੋਹਣਾ ਲਿਖਿਆ ਗਿਆ ਹੈ ਔਰ ਉੱਥੇ ਤਾਂ ਤੋਤਾ ਸਿੰਘ ਜੀ ਇੱਕ ਹੋਰ ਗੱਲ ਵੀ ਹੈ ਕਿ ਜੇਕਰ ਉਥੋਂ ਦੇ ਲੇਖਕੀ ਦੀ ਧਾਰਨਾ ਇਹ ਹੈ ਕਿ ਜਿਹੜਾ ਲੇਖਕ ਬੱਚਿਆਂ ਵਾਸਤੇ ਨਹੀਂ ਲਿਖਦਾ ਉਸ ਨੂੰ ਤਾਂ ਲੇਖਕ ਹੀ ਨਹੀਂ ਮੰਨਿਆ ਜਾਂਦਾ ਅੱਛਾ ਉਹਦੀ ਸਾਡੇ ਧਾਰਨਾ ਉਲਟਾ ਸਾਡੇ ਪੁੱਠਾ ਕੰਮ ਸਾਡੇ ਪੁੱਠਾ ਕੰਮ ਹੈ ਕਿ ਬੱਚਿਆਂ ਵਾਸਤੇ ਲਿਖਣਾ ਕੀ ਹੋਇਆ ਵੱਡਿਆਂ ਵਾਸਤੇ ਲਿਖੋ ਜੇਕਰ ਤੁਸੀਂ ਆਪਣੀ ਪਛਾਣ ਬਣਾਉਣੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੱਡੇ-ਵੱਡੇ ਰਾਈਟਰਾਂ ਨੇ ਆਪਣੀ ਪਛਾਣ ਬਾਲ ਸਹਿਤੋਂ ਸ਼ੁਰੂ ਕੀਤੀ ਔਰ ਇੱਕ ਵੱਡੇ ਚੋਟੀ ਦੇ ਥਾਂ ਤੇ ਉਹ ਪਹੁੰਚੀ ਲਿਓ ਟਾਲਸਟਾਈ ਨੇ ਜਿਹੜੇ ਜਦੋਂ ਸ਼ੁਰੂਆਤੀ ਦੌਰ ਚ ਲਿਖਣਾ ਸ਼ੁਰੂ ਕੀਤਾ ਤੋਂ ਬਾਲ ਸਹਿਤੀ ਸੀ ਸੋ ਬਾਹਰਲੇ ਮੁਲਕਾਂ ਦੇ ਵਿੱਚ ਬਾਲ ਸਹਿਤੀ ਦੀ ਜਿਹੜੀ ਕੀਮਤ ਹੈ ਜੋ ਉਹਦੀ ਵੈਲਿਊ ਹੈ ਉਹ ਬਾਹਰਲੇ ਲੇਖ ਮੁਲਕ ਜ਼ਿਆਦਾ ਜਾਣਦੇ ਨੇ ਅਸੀਂ ਤੇ ਇਸ ਨੂੰ ਬਾਲ ਸਹਿਤ ਨੂੰ ਇੱਕ ਮਜ਼ਾਕ ਦਾ ਬਾਤਰ ਬਣਾਇਆ ਹੋਇਆ ਹੈ ਇਹੀ ਕਾਰਨ ਹੈ ਕਿ ਸਾਡੇ ਜਿਹੜੇ ਵੱਡੇ ਔਰ ਸਥਾਪਿਤ ਲਖਾਰੀ ਨੇ ਉਹ ਬਾਲ ਸਹਿਤ ਨੂੰ ਚਿਮਟੇ ਨਾਲ ਵੀ ਚੁੱਕਣ ਲਈ ਤਿਆਰ ਨਹੀਂ ਹੱਥ ਨਾਲ ਇਸ ਕਰਕੇ ਹੱਥ ਨਾਲ ਚੱਕਣੇ ਕੀ ਹੈ ਹੱਥ ਨਾਲ ਬਿਲਕੁਲ ਜੀ ਬਿਲਕੁਲ ਇਸ ਕਰਕੇ ਕਿ ਉਹ ਸੋਚਦੇ ਨੇ ਜੇ ਅਸੀਂ ਇਸ ਖੇਤਰ ਚ ਆ ਗਏ ਸਾਡੀ ਸ਼ਾਇਦ ਪਛਾਣ ਹੀ ਨਾ ਗੁੰਮ ਜੇ ਸਾਨੂੰ ਕੋਈ ਬਾਲ ਸਹਿਤ ਦੇ ਨਾਂ ਦੇ ਨਾਲ ਨਾ ਜੋੜ ਦੇ ਕਿ ਇਹ ਤਾਂ ਬੱਚਾ ਵਾਸਤੇ ਲਿਖਦਾ ਰਹਿੰਦਾ ਨਹੀਂ ਬਾਲ ਸਹਿਤ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕਾਰਜ ਹੈ ਜਿਸ ਨੂੰ ਪੱਛਮੀ ਦੇਸ਼ਾਂ ਦੇ ਮੁਲਕਾਂ ਨੇ ਸਮਝਿਆ ਭਾਰਤ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹਾਲੇ ਇਸ ਪੱਖੋਂ ਸਾਡਾ ਜਿਹੜਾ ਪੱਧਰ ਹੈ ਜਿਹੜਾ ਲੈਵਲ ਹੈ ਉਸ ਕਿਸਮ ਦਾ ਨਹੀਂ ਹੋਇਆ ਔਰ ਇਸ ਪਾਸੇ ਸਾਨੂੰ ਇਸ ਕਰਕੇ ਤਵੱਜੂ ਦੇਣ ਦੀ ਲੋੜ ਹੈ ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਨਾ ਸੰਭਿਆ ਤਾਂ ਸਾਡੇ ਬੱਚੇ ਗਲਤ ਦਿਸ਼ਾਵਲ ਰਸਤਾ ਅਖਤਿਆਰ ਕਰ ਲਈ ਲੋੜ ਕਿਉਂ ਮਹਿਸੂਸ ਕਰਦੇ ਹਾਂ ਲੋੜ ਇਸ ਕਰਕੇ ਹੈ ਕਿ ਬਾਲ ਸਿੱਧ ਮੈਂ ਸਮਝਦਾ ਕਿ ਜ਼ਿੰਦਗੀ ਦਾ ਇੱਕ ਮਕਸਦ ਨਹੀਂ ਕਈ ਮਕਸਦ ਪੂਰੇ ਕਰਦਾ ਜਦੋਂ ਕੋਈ ਬੱਚਾ ਕਿਤਾਬ ਲੈ ਕੇ ਬੈਠਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਪਾਸ਼ਾ ਦੇ ਨਾਲ ਜੁੜਦਾ ਹੈ ਦੁਨੀਆਂ ਦੇ 150 ਮੁਲਕਾਂ ਦੇ ਵਿੱਚ ਇਸ ਵੇਲੇ 15 ਕਰੋੜ ਪੰਜਾਬੀ ਨੇ ਜਿਹੜੇ ਉਹ ਵਸੇ ਹੋਏ ਨੇ ਜੀ ਲੇਕਿਨ ਅਸੀਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਸਾਡੀ ਮਾਂ ਬੋਲੀ ਨਾਲੋਂ ਵੀ ਟੁੱਟ ਰਹੀ ਹੈ ਜੀ ਸਾਡੇ ਸੱਭਿਆਚਾਰ ਨਾਲੋਂ ਵੀ ਟੁੱਟ ਰਹੀ ਹੈ ਸਾਡੇ ਪਛੋਕੜ ਨਾਲੋਂ ਵੀ ਟੁੱਟ ਰਹੀ ਹੈ ਇਸ ਕਰਕੇ ਬਾਲ ਸਹਿਜ ਦੀ ਲੋੜ ਹੈ ਕਿ ਜੇਕਰ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਹੈ ਆਪਣੀ ਵਿਰਾਸਤ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਦੇਣ ਦੀ ਲੋੜ ਹੈ ਤਾਂ ਜੋ ਆਪਣੀ ਮਾਤ ਭਾਸ਼ਾ ਨਾਲ ਜੁੜਨ ਦੂਜੀ ਗੱਲ ਉਹਨਾਂ ਦੇ ਜਿਹੜੇ ਵਿਹਲੇ ਸਮੇਂ ਕਿਉਂਕਿ ਵੇਲਾ ਮੈਨੂੰ ਸ਼ੈਤਾਨ ਦਾ ਘਰ ਕਹਿਆ ਜਾਂਦਾ ਹੈ ਜਦੋਂ ਬੱਚੇ ਨੂੰ ਖਾਲੀ ਸਮੇਂ ਦੇ ਵਿੱਚ ਇੱਕ ਚੰਗੀ ਪੁਸਤਕ ਮਿਲੇਗੀ ਉਹਦੇ ਵਿੱਚੋਂ ਬਹੁਤ ਕੁਝ ਗ੍ਰਹਿਣ ਕਰੇਗਾ ਉਹ ਇਸ ਤਰ੍ਹਾਂ ਦਾ ਕੁਝ ਗ੍ਰਹਿਣ ਕਰੇਗਾ ਕਿ ਜੇ ਮੈਂ ਜ਼ਿੰਦਗੀ ਵਿੱਚ ਕਿਤੇ ਡਿੱਗ ਵੀ ਜਾਵਾਂ ਜੇਕਰ ਮੇਰੇ ਉੱਪਰ ਕੋਈ ਸੰਕਟ ਆ ਵੀ ਜਾਵੇ ਜੇ ਮੈਂ ਕਿਤੇ ਹਾਰ ਰਿਹਾ ਹੋਵਾਂ ਤਾਂ ਮੈਂ ਉਸ ਹਾਰ ਨੂੰ ਜਿੱਤ ਵਿੱਚ ਕਿਵੇਂ ਬਦਲਣਾ ਹੈ ਜੇ ਮੈਂ ਡਿੱਗ ਵੀ ਜਾਵਾਂ ਤਾਂ ਮੈਂ ਕਿਵੇਂ ਖੜਾ ਹੋਣਾ ਆਪਣੀ ਲੈਵਲ ਦੀ ਐਗਜ਼ਾਮਪਲ ਉਸ ਲੈਵਲ ਦੇ ਐਗਜ਼ਾਮਪਲ ਨੇ ਜੀ ਸਾਰੀਆਂ ਔਰ ਬਾਲ ਸੈ ਤੁਹਾਨੂੰ ਸਿਖਾਉਂਦਾ ਹੈ ਦੇਗੇ ਹੋਏ ਨੂੰ ਉਠਣਾ ਸਿਖਾਉਂਦਾ ਹੈ ਰੋਂਦੇ ਹੋਏ ਨੂੰ ਹਸਾਉਣਾ ਸਿਖਾਉਂਦਾ ਜੀ ਵਿਹਲੇ ਸਮੇਂ ਜਿਹੜਾ ਉਹਦਾ ਸਹੀ ਸਦਯੋਪਯੋ ਕਰਨਾ ਸਿਖਾਉਂਦਾ ਹੈ ਔਰ ਵੱਡੀ ਗੱਲ ਇਹ ਕਿ ਇੱਕ ਚੰਗਾ ਨਾਗਰਿਕ ਬਣਾਉਣ ਵਿੱਚ ਬਾਲ ਸਿਹਤ ਦੀ ਬਹੁਤ ਵੱਡੀ ਭੂਮਿਕਾ ਹੈ ਜਿਹੜੀ ਕਿ ਕੇਵਲ ਤੇ ਕੇਵਲ ਬਾਲ ਸਿਹਤ ਹੀ ਬਣਾ ਸਕਦੀ ਜੇ ਆਪਾਂ ਇਸ ਵਕਤ ਦੇ ਹਾਲਾਤਾਂ ਨੂੰ ਦੇਖੀਏ ਜੀ ਡਿਜੀਟਲ ਦੁਨੀਆ ਹੋ ਗਈ ਹੈ ਬਾਲ ਸਿਹਤ ਨੂੰ ਜੇ ਮੌਕੇ ਦਾ ਹਾਨੀ ਬਣਾਉਣਾ ਹੈ ਤਾਂ ਕੀ ਕਰਨ ਦੀ ਲੋੜ ਹੈ ਬਹੁਤ ਅੱਛਾ ਸਵਾਲ ਹੈ ਤੁਹਾਡਾ ਪ੍ਰਤਾ ਸਿੰਘ ਦੀਨਾ ਸਾਹਿਬ ਜੀ ਮੈਂ ਸਮਝਦੇ ਇਹ ਅੱਜ ਸਾਡਾ ਬੜਾ ਅਹਿਮ ਸਵਾਲ ਜੀ ਸਮੇਂ ਦੇ ਹਾਨੀ ਸਾਡੇ ਬੱਚੇ ਤਾਂ ਹੀ ਬਣ ਸਕਣਗੇ ਕੋਈ ਜ਼ਮਾਨਾ ਸੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਜਿੰਨਾ ਰਕਸ਼ਸ਼ਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਜਾਦੂਗਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਪਰੀਆਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਅੱਜ ਦਾ ਮਨੁੱਖ ਹੈ ਜਿਹੜਾ ਉਹ ਚੰਦਰਮਾ ਤੇ ਪਹੁੰਚ ਚੁੱਕਿਆ ਹੈ ਚੰਦਰਮਾ ਦੀਆਂ ਕਹਾਣੀਆਂ ਬਣਨੀਆਂ ਜ਼ਰੂਰੀ ਚੰਦਰਮਾ ਦੀਆਂ ਕਹਾਣੀਆਂ ਬਣਨੀਆਂ ਚਾਹੀਦੀਆਂ ਅੱਜ ਸੜਾ ਸੜਾ ਇਨਸਾਨ ਹੈ ਮਨੁੱਖ ਹੈ ਜਿਹੜਾ ਉਹ ਰਕਟ ਦੇ ਰਾਹੀਂ ਸਾਰਾ ਉੱਪਰ ਦਾ ਜਿਹੜਾ ਅਧਿਐਨ ਕਰ ਰਿਹਾ ਹੈ ਸਾਡੇ ਪਾਸੇ ਇੱਕ ਪਾਸੇ ਤੋਂ ਭੂਤਾਂ ਪ੍ਰੇਤਾਂ ਦੀਆਂ ਜਿੰਨਾ ਰਕਸ਼ਸ਼ਾਂ ਦੀਆਂ ਉਹ ਕਹਾਣੀਆਂ ਸੀ ਜਿਹੜੀਆਂ ਸਾਡੇ ਮਨਾਂ ਦੇ ਅੰਦਰ ਦਿਲਚਸਪਾਪੀ ਮੇਂ ਜ਼ਰੂਰ ਸੀ ਉਹ ਪਰ ਸਾਡੇ ਬੱਚਿਆਂ ਦੇ ਵਿੱਚ ਮਨਾਂ ਦੇ ਵਿੱਚ ਸਹਿਮ ਵੀ ਪੈਦਾ ਕਰਦੀ ਅਸੀ ਲੇਕਿਨ ਬਾਅਦ ਵਿੱਚ ਜਦੋਂ ਸੋਝੀ ਆਈ ਜਦੋਂ ਚੇਤਨ ਆਈ ਤਾਂ ਅਸੀਂ ਇਹ ਪਾਇਆ ਕਿ ਉਹ ਤਾਂ ਸਾਡੇ ਮਨ ਦਾ ਵਹਿਮ ਸੀ ਉਹ ਤਾਂ ਵਹਿਮਾਂ ਭਰਮਾਂ ਤੋਂ ਵੱਧ ਹੈ ਹੀ ਕੁਛ ਨਹੀਂ ਸੀ ਭੂਤਾਂ ਪ੍ਰੇਤਾਂ ਦੀ ਕੋਈ ਹੁੰਦੀ ਨਹੀਂ ਸੀ ਔਰ ਉਸ ਤੋਂ ਬਾਅਦ ਸਾਨੂੰ ਇਸ ਕਰਕੇ ਸਮੇਂ ਦੇ ਹਾਨੀ ਬਣਾਉਣ ਦੀ ਲੋੜ ਹੈ ਅੱਜ ਦਾ ਜਿਹੜਾ ਬੱਚਾ ਕੰਪਿਊਟਰ ਦੀ ਗੱਲ ਕਰ ਰਿਹਾ ਅੱਜ ਦਾ ਬੱਚਾ ਮੋਬਾਈਲ ਦੇ ਨਾਲ ਜੁੜਿਆ ਹੋਇਆ ਹੈ ਅੱਜ ਦਾ ਬੱਚਾ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਹੈ ਅੱਜ ਦਾ ਬੱਚਾ ਮੈਂ ਸਮਝਦਾ ਕਿ ਗਿਆਨ ਵਿਗਿਆਨ ਦੀਆਂ ਉਹ ਮੰਜ਼ਲਾਂ ਨੂੰ ਪਾਰ ਕਰਕੇ ਉਸ ਪੜਾਅ ਤੇ ਪਹੁੰਚ ਚੁੱਕਿਆ ਹੈ ਜਿੱਥੇ ਉਹ ਇਹ ਜਾਣ ਚੁੱਕਿਆ ਹੈ ਕਿ ਇਹ ਚੀਜ਼ਾਂ ਸਾਡੀਆਂ ਨਿਰਾਰਥਕ ਅਧਰਾ ਕੀਮਤਾ ਵਾਲੀਆਂ ਨੇ ਆ ਚੀਜ਼ਾਂ ਸਾਡੀਆਂ ਗਿਆਨ ਵਿਗਿਆਨ ਵਾਲੀਆਂ ਨੇ ਔਰ ਇਹਨਾਂ ਨੂੰ ਜੇਕਰ ਅਸੀਂ ਪੜਾਂਗੇ ਆਪਣੇ ਅੰਦਰ ਗ੍ਰਹਿਣ ਕਰਾਂਗੇ ਤਾਂ ਇਹਨਾਂ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਨਾਗਰਿਕ ਬਣਾਂਗੇ ਜਿਦੀ ਇੱਕ ਆਪਣੀ ਵੱਖਰੀ ਹੀ ਤਰਕਸ਼ੀਲਤਾ ਹੋਏਗੀ ਲੌਜੀਕ ਦੇ ਨਾਲ ਸੋਚਾਂਗੇ ਔਰ ਅਸੀਂ ਇੱਕ ਵਧੀਆ ਇਨਸਾਨ ਦੇ ਤੌਰ ਤੇ ਸਾਹਮਣੇ ਆਵਾਂਗੇ ਔਰ ਵਧੀਆ ਇੱਕ ਸਮੇਂ ਦੇਹਾਣੀ ਤਦੇ ਬਣ ਸਕਦੇ ਆ ਜੇਕਰ ਅਸੀਂ ਪ੍ਰਾਣੀਆਂ ਕੀਮਤਾਂ ਨੂੰ ਛੰਡੀਏ ਔਰ ਨਮਾ ਗਿਆਨ ਹੈ ਉਹਨੂੰ ਹਾਸਲ ਕਰੀਏ ਤੁਸੀਂ ਗੀਤ ਵੀ ਲਿਖਦੇ ਹੋ ਇਕਬਾਲ ਸਾਹਿਦ ਜੀ ਆਖਿਰ ਦੇ ਵਿੱਚ ਮੈਂ ਤੁਹਾਡੇ ਤੋਂ ਚਾਰ ਲਾਈਨਾਂ ਇਕਬਾਲ ਦੇ ਰੂਪੀ ਜਿਹੜੇ ਤੁਸੀਂ ਗੀਤ ਲਿਖਦੇ ਹੋ ਉਹਦੀਆਂ ਜਰੂਰ ਸੁਣਨੀਆਂ ਚਾਹਾਂਗਾ ਨਾਲੇ ਦਰਸ਼ਕ ਸੁਣਨੀਆਂ ਚਾਹਣਗੇ ਜੀ ਮੈਂ ਆਪਣੇ तमाम ਦਰਸ਼ਕਾਂ ਲਈ ਵੈਸੇ ਮੈਂ ਗਾਇਕ ਤੇ ਨਹੀਂ ਹਾਂ ਮੈਂ ਕਦੇ-ਕਦੇ ਗੁਣਗਣਾ ਜ਼ਰੂਰ ਲੈਂਦਾ ਹਾਂ ਜੀ ਤੋਂ ਚਿੜੀ ਪੈਰੇ ਮੈਂ ਕਿਹ ਗੀਤ ਲਿਖਿਆ ਹੈ ਉਹਦੇ ਮੈਂ ਦੋ ਤਿੰਨ ਬੰਦ ਨੇ ਜਿਹੜੇ ਤਰਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਸਵੀਕਾਰ ਕਰ ਲੈਣਾ ਜੀ ਕਿੱਥੇ ਗਏ ਮਾਰੇ ਉਡਾਰੀ ਨੀਂਚੜੀਏ ਸੁਣਦੀ ਨਹੀਂ ਤੇਰੀ ਚੀਂ-ਚੀ ਪਿਆਰੀ ਨੀਂਚੜੀਏ ਕਿੱਥੇ ਗਏ ਮਾਰੇ ਉਡਾਰੀ ਨੀਂਚੜੀਏ ਸੁੰਦੀ ਨਹੀਂ ਤੇਰੀ ਚੀਚੀ ਪਿਆਰੀ ਨੀਂਚੜੀਏ ਦਿਸਦੀ ਨਾ ਹੁਣ ਸਾਡੇ ਨੇੜੇ ਤੇੜੇ ਨੀ ਸੁੰਨੀਆਂ ਕਰਦੀਆਂ ਛੱਤਾਂ ਸੁੰਨੇ ਵੇੜੇ ਨੀ ਫਾਕੇ ਲੱਗਿਆ ਕੌਣ ਸ਼ਿਕਾਰੀ ਨੀਚੜੀਏ ਕਿੱਥੇ ਗਏ ਮਾਰਿ ਉਡਾਰੀ ਨੀਚੜੀਏ ਨੰਨੇ ਬੋਟਾਂ ਦੇ ਮੂੰਚੋਗਾ ਪੌਂਦੀ ਸੈਂ ਮੀ ਮੰਗਲੇ ਮਿੱਟੀ ਦੇ ਵਿੱਚ ਨੌਂ ਦੀ ਸੈਂ ਕੀ ਬਾਤ ਹੈ ਕਿਹੜੀ ਪੈ ਗਈ ਵਿਪਤਾ ਭਾਰੀ ਨੀਚੜੀਏ ਕਿੱਥੇ ਗਏਂ ਮਾਰਿ ਉਡਾਰੀ ਨੀਚੜੀਏ ਪੰਜਿਆਂ ਦੇ ਵਿੱਚ ਲੈ ਗਿਆ ਤੈਨੂੰ ਬਾਜ਼ ਕੋਈ ਜਾਂ ਫਿਰ ਕਾਂ ਦੇ ਨਾਲ ਕੋਈ ਟਕਰਾਰ ਹੋਈ ਕੀ ਬਾਤ ਜਾਂ ਫਿਰ ਡੁੱਲ ਗਈ ਖਿਚੜੀ ਸਾਰੀ ਨੀਚੜੀਏ ਕਿੱਥੇ ਗਏ ਮਾਰਿ ਉਡਾਰੀ ਨੀਂਚੜੀਏ ਆਖਰੀ ਬੰਦ ਜੀ ਦਰਸ਼ਨਾਸਟ ਕਬਤਾ ਲਿਖ ਕੇ ਗਾਏਗਾ ਲੋਭੀ ਬੰਦੇ ਨੂੰ ਇਹ ਗੱਲ ਸਮਝਾਏਗਾ ਰੁੱਖਾਂ ਤੇ ਨਾ ਫੇਰੇ ਆਰੀ ਨੀਂਚੜੀਏ ਕਿੱਥੇ ਗਏ ਮਾਰਿ ਉਡਾਰੀ ਨੀਚੜੀਏ ਸੁਣਦੀ ਨਹੀਂ ਤੇਰੀ ਚੀਂ-ਚੀ ਪਿਆਰੀ ਨੀਚੜੀਏ ਸੁਣਦੀ ਨਹੀਂ ਤੇਰੀ ਚੀਂ-ਚੀ ਪਿਆਰੀ ਨੀਚੜੀਏ ਸੁਣਦੀ ਨਹੀਂ ਤੇਰੀ ਚੀਂ-ਚੀ ਪਿਆਰੀ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਬਾਤ ਕਰਕੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਬਾਲ ਸਾਹਿਬ ਦੇ ਜਿੰਨੇ ਵੀ ਨੈਸ਼ਨਲ ਸਟੇਟ ਦੇ ਪੁਰਸਕਾਰਾਂ ਨਾਲ ਦੀ ਹਿੱਸੇ ਆਈ ਹੈ ਪਰ ਅਸੀਂ ਕਦੋਂ ਇਸ ਗੱਲ ਵੱਲ ਅਵੇਅਰ ਹੋਵਾਂਗੇ ਕਿ ਬਾਲ ਸਿਹਤ ਦੀ ਵੀ ਇੱਕ ਥਾਂ ਹੈ ਬਾਲ ਸਿਹਤ ਸਾਡੀ ਮਾਨਸਿਕਤਾ ਲਈ ਬਾਲ ਸਿਹਤ ਸਾਡੇ ਬਾਲਾਂ ਲਈ ਜ਼ਰੂਰੀ ਹੈ ਤੇ ਬਾਲ ਸਿਹਤ ਦੀ ਸਾਇਡ ਦੇ ਵਿੱਚ ਇੱਕ ਵੱਖਰੀ ਥਾਂ ਹੈ ਇਹਨੂੰ ਵੀ ਸਾਨੂੰ ਪਛਾਣਨ ਦੀ ਲੋੜ ਹੈ ਤੇ ਦਿਓ ਜਦ ਤ ਫਿਰ ਮਿਲਦੇ ਰਹਾਂਗੇ ਸਸਤੀ